ਹਾਂਜੀ ਪਿਆਰੇ ਬੱਚੋ ਸਵਾਗਤ ਕਰਦੇ ਆ ਇੱਕ ਵਾਰ ਫਿਰ ਸਾਡੇ ਚੈਨਲ ਕਚੂਰਾ ਟਿਚ 2.0 ਤੇ ਤਾਂ ਲੈ ਕੇ ਆਏ ਆ ਬੱਚੇ 11ਵੀਂ ਜਮਾਤ ਵਾਲਿਆਂ ਵਾਸਤੇ కెਮਿਸਟਰੀ ਦਾ ਐਗਜ਼ਾਮ ਜੋ ਕਿ ਟੋਟਲ 70 ਮਾਰਕਸ ਦਾ ਹੋਣ ਵਾਲਾ ਹੈ ਤੇ ਚੈਨਲ ਤੇ ਪਹਿਲੀ ਵਾਰ ਹੀ ਆਇਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੁਸੀਂ ਵੀਡੀਓ ਨੂੰ ਲਾਈਕ ਨਹੀਂ ਕਰਦੇ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਜੇਕਰ ਪੀਡੀਐਫ ਚਾਹੀਦੀ ਹੈ ਡਿਸਕ੍ਰਿਪਸ਼ਨ ਵਿੱਚ ਦੋ ਤਿੰਨ ਲਿੰਕ ਮਿਲਣਗੇ ਉੱਥੇ ਜਾ ਕੇ ਜੁਆਇਨ ਹੋਵੋ ਤੇ ਤੁਸੀਂ ਪੀਡੀਐਫ ਜਾਨੀ ਨਾਲ ਡਾਊਨਲੋਡ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਡੇ ਕੋਲ ਮਲਟੀਪਲ ਚੁਆਇਸ ਕੁਸ਼ਚਨ ਪੁੱਛੇ ਗਏ ਆ ਠੀਕ ਹੈ ਜਿਸ ਵਿੱਚ ਕੁਝ ਕੁਝ ਆਨਸਰ ਲੱਗੇ ਹੋਏ ਆ ਦਰਸਲ ਇਹ ਜਿਹੜਾ ਪੇਪਰ ਆ ਇਹ ਕੁਝ ਸਕੂਲਾਂ ਵਿੱਚ ਹੋ ਚੁੱਕਿਆ ਕਈਆਂ ਸਕੂਲਾਂ ਨੇ ਆਪਣੇ ਲੈਵਲ ਦੀ ਡੇਟ ਸ਼ੀਟ ਤਿਆਰ ਕੀਤੀ ਸੀ ਤੇ ਜਿੰਨਾ ਵਿੱਚ ਹੋ ਗਿਆ ਉਹ ਪੇਪਰ ਤੁਹਾਨੂੰ ਵਿਖਾ ਰਹੇ ਆ ਠੀਕ ਹੈ ਹੋ ਸਕਦਾ ਤੁਹਾਡੇ ਸਕੂਲ ਵਿੱਚ ਵੀ ਸੇਮ ਪੇਪਰ ਆ ਜਾਏ ਠੀਕ ਹੈ ਕਿਉਂਕਿ ਇਹ ਕਿਸੇ ਟੀਚਰ ਨੇ ਤਾਂ ਬਣਾਇਆ ਨਹੀਂ ਉਹਨਾਂ ਨੇ ਵੀ ਮਾਡਲ ਟੈਸਟ ਪੇਪਰ ਵਿੱਚੋਂ ਚੱਕਿਆ ਠੀਕ ਹੈ ਇਹ ਤਿਆਰ ਕਰ ਲਓ ਠੀਕ ਹੈ ਇਹ ਕਿਸੇ ਬੱਚੇ ਨੇ ਟਿੱਕ ਲਾਏ ਹੋਏ ਆ ਕੋਸ਼ਣਾ ਦੇ ਆਨਸਰ ਮੈਂ ਚੈੱਕ ਨਹੀਂ ਕੀਤੇ ਇਸ ਤੋਂ ਅੱਗੇ ਜਿਵੇਂ ਜਿਵੇਂ ਸਕਰੋਲ ਡਾਊਨ ਕਰਦਾ ਜਾਵਾਂਗਾ ਸਕਰੀਨਸ਼ਾਟ ਲੈ ਸਕਦੇ ਹੋ ਜਾਂ ਫਿਰ ਯਾਦ ਕਰ ਸਕਦੇ ਹੋ ਇਸ ਦੇ ਨਾਲ ਹੀ ਸਾਡਾ ਟੈਲੀਗ੍ਰam ਚੈਨਲ ਜਰੂਰ ਜੁਆਇਨ ਕਰ ਲਓ ਜੇਕਰ ਤੁਸੀਂ ਹਲੇ ਤੱਕ ਉੱਥੇ ਨਹੀਂ ਹੋਏ ਹੋ ਜੁਆਇਨ ਤਾਂ ਟੈਲੀਗ੍ਰam ਚੈਨਲ ਜੂਰ ਜੁਆਇਨ ਕਰ ਲਓ ਕਿਉਂਕਿ ਉੱਥੇ ਤੁਹਾਨੂੰ ਪੀਡੀਐਫ ਛੇਤੀ ਮਿਲਦੀ ਹੈ ਨਾਲ ਹੀ ਜੇਕਰ ਉਸ ਤੋਂ ਹੀ ਛੇਤੀ ਪੜ੍ਹਨਾ ਚਾਹੁੰਦੇ ਹੋ ਤਾਂ ਹਲੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਦੋ ਲਿੰਕ ਮਿਲਣਗੇ ਉੱਥੇ ਜਾ ਕੇ ਕਲਿੱਕ ਕਰਕੇ ਆਪਣਾ ਨੰਬਰ ਭਰ ਕੇ ਜੁਆਇਨ ਹੋ ਜਾਓ ਠੀਕ ਹੈ ਅੱਗੇ ਤੁਸੀਂ ਵੇਖ ਸਕਦੇ ਹੋ ਅੱਗੇ ਕਿਹੜੇ ਕਿਹੜੇ ਕੁਐਸਚਨ ਆ ਟਰੋ ਫਾਲਸ ਆਇਆ ਜਾਂ ਠੀਕੇ ਤੇ ਜੇਕਰ ਕੋਈ ਕੁਐਸਚਨ ਤੁਹਾਨੂੰ ਲੰਬੀ ਲੱਗਦਾ ਵੱਡਾ ਜਾ ਔਖਾ ਲੱਗਦਾ ਉਹ ਤੁਸੀਂ ਛੱਡ ਵੀ ਸਕਦੇ ਹੋ ਸਾਰੇ ਜਿਹੜੇ ਯਾਦ ਨਹੀਂ ਕਰਨਾ ਚਾਹੁੰਦੇ ਹੋ ਕਿਉਂਕਿ ਤੁਹਾਡਾ ਟੀਚਰ ਤੁਹਾਨੂੰ ਪਤਾ ਹੀ ਹੋਣਾ ਤੁਹਾਡਾ ਟੀਚਰ ਕਿਸ ਲੈਵਲ ਦਾ ਪੇਪਰ ਤਿਆਰ ਕਰੇਗਾ ਠੀਕੇ ਤੇ ਜੇ ਉਸਨੇ ਮਾਡਲ ਟੈਸਟ ਪੇਪਰਾਂ ਵਿੱਚ ਜੋ ਤਿਆਰ ਕਰਨ ਲਈ ਤੁਹਾਨੂੰ ਕਿਹਾ ਹੈ ਤਾਂ ਤੁਸੀਂ ਉਹ ਮਾਡਲ ਟੈਸਟ ਪੇਪਰ ਜ਼ਰੂਰ ਯਾਦ ਕਰੋ ਤੁਹਾਡੇ ਮਾਡਲ ਟੈਸਟ ਪੇਪਰ ਵਿੱਚ ਹੀ ਪੇਪਰ ਪਾਉਣਗੇ ਤੇ ਇਸ ਪੇਪਰ ਨੂੰ ਵੀ ਤਿਆਰ ਕਰ ਸਕਦੇ ਹੋ ਜਿਹੜੇ ਜਿਹੜੇ ਮੇਨ ਮੇਨ ਕੁਐਸਚਨ ਤੁਹਾਡੇ ਸਬਜੈਕਟ ਚ ਹੈਗੇ ਆ ਅੱਗੇ ਤੁਹਾਡੇ ਕੋ ਕੰਪਰੀਹ नोबल टू मार्क्स बारे क्वेश्चन सब तो पहला पूछोगे स्टेट एंड एक्सप्लेन पोल एक्सोल्यूजन प्रिंसिपल ठीक है उस बात डिफरेंस बिटवीन अम्यूज एंड अबज अबजेन स्पैक्ट्रा उस बात की हुआ डायरीवे आइडोलगैस इक्वेन ठीक है इक्वेशन लिखनी है दी उस बाद एंथैल्पी एंड एंथोरपी चेंज ऑफ अ रिएक्शन एनोमैरिकल है थोड़ा ठीक है मोल फ्रिक्शन वाला वगैरह वगैरह तो कुछ ही तो उस तो बाद क्वेश्चन देख सकते हो वाला भी तुम करके जाना सारे करने हैं वेरी इंपोर्टेंट है डिफरेंस आया डिफरेंस बटवीन ऑक्सीडेशन नंबर एंड वैलेंसी तो जहाँ वेलनसी ज्यादा क्वेश्चन आया तो दें अगले पेज सब्सटेंस अंडेंटिफाई रिड्यूस ऑक्सीडाइजिंग एजेंट एंड रिड्यूसिंग एजेंट फॉर फॉलोइंग रिएक्शन ये रिएक्शन है अठवा क्वेश्चन फर्स्ट इंसुलेपी ऑफ एलकाइन ऑर्थोमैटोल हाइगर दैन दूसिंग

ਆ ਯੂ ਪੀ ਐਸ ਨੇਮ ਲਿਖਣਾ ਇਹਦਾ ਕੋਈ ਜਿਆਦਾ ਔਖਾ ਵੀ ਨਹੀਂ ਹੁੰਦਾ కెਮਿਸਟਰੀ ਦਾ ਬਸ ਥੋੜਾ ਯਾਦ ਕਰਨਾ ਹੁੰਦਾ 11th ਦੀ కెਮਿਸਟਰੀ ਬਹੁਤ ਹੀ ਸੌਖੀ ਹੈ ਜਿਆਦਾ ਔਖੀ ਨਹੀਂ ਆ ਬਰ ਜਿਹੜੀ 12th ਦੀ ਆਉਂਦੇ ਜਿਹੜਾ ਥੋੜਾ ਤੁਹਾਨੂੰ ਆਰਗੈਨਿਕ ਵਿੱਚ ਜਿਆਦਾ ਲਜਾਣਾ ਪੈਂਦਾ ਨੁਹਾਈ ਦੇ ਵਿੱਚ ਦੀਪ ਜੀ ਪੜਾਉਂਦੇ ਆ ਪਰ 11th ਜੈਨ ਨਹੀਂ ਔਖੀ ਨਹੀਂ ਹੈਗੀ ਤੇ ਸਾਰੇ ਕੁਸ਼ਨ ਚੰਗੇ ਤਰੀਕੇ ਨਾਲ ਕਰ ਲਿਓ ਠੀਕੇ ਫ੍ਰਾਈਡਲ ਕ੍ਰਾਫਟ ਅਲਕਿਲੇਸ਼ਨ ਆਇਆ ਹੈ ਰੂਟ ਡਾਇਰੈਕਸ਼ਨ ਆਈ ਰੂਟ ਰਿਐਕਸ਼ਨ ਬਹੁਤ ਹੀ ਸੌਖੀ ਹੈ ਪੋਲੀਮਰਾਈਜੇਸ਼ਨ ਰਿਐਕਸ਼ਨ ਆਹ ਤਾਂ ਤਿੰਨ ਨੰਬਰ ਤੁਹਾਡੇ ਫ੍ਰੀ ਦੇ ਆ ਠੀ ਅਸਮੈਕਸਪਲੇਨ ਬਾਈ ਬ੍ਰੈਂਜ਼ੈਂਟ ਚੇਨ ਬ੍ਰੈਂਜ਼ੈਂਟ ਚੇਨ ਬਾਰੇ ਦੱਸਣਾ ਤੇ ਐਂਡ ਤੱਕ ਵੀਡੀਓ ਨੂੰ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਕੁਐਸਚਨ ਬਹੁਤ ਇੰਪੋਰਟੈਂਟ ਹੈ O2 O2 ਮੋਲੀਕੂਲ ਐਂਡ ਕੈਲਕੂਲੇਟਰ ਦਾ ਬੌਂਡ ਆਰਡਰ ਬਹੁਤ ਵਾਰ ਪੇਪਰ ਚ ਆਉਂਦਾ ਹੈ ਤੇ ਮਿਲਾਂਗੇ ਆਪਾਂ ਅਗਲੇ ਵੀਡੀਓ ਵਿੱਚ ਉਦੋਂ ਤੱਕ ਲਈ ਬਾਏ ਬਾਏ ਟੇਕ ਕੇਅਰ ਜੈ ਹਿੰਦ ਵੰਦੇ ਮਾਤਰam